ਅਸੀਂ ਪਹੁੰਚੇ ਨਾ ਜੀ ਅੰਮ੍ਰਿਤਸਰ। ਇੱਥੇ ਸਿੱਖ ਕਹਿੰਦੇ ਸੀ ਅਸੀਂ ਇਹ ਕਾਫਲਾ ਸੋਕਾ ਨਹੀਂ ਜਾਣ ਦੇਣਾ। ਉਹ ਗਾਂਜਾਂ ਦੇ ਮੱਝਾਂ ਦੇ ਸੰਗਲ ਅਸੀਂ ਛੱਡ ਦਿੱਤੇ, ਆਜ਼ਾਦ ਕਰ ਦਿੱਤੇ। ਚੂੜ ਸਿੰਘ, ਅੱਛਾ, ਰਤਨ ਸਿੰਘ ਅਤੇ ਇਲਸ਼ੀ ਸਿੰਘ। ਸਭ ਤੋਂ ਪਹਿਲੇ ਤੁਹਾਨੂੰ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ, ਕੀ ਹਾਲ ਚਾਲ ਹੈ ਜੀ? ਅਲਹਮਦੁਲਿਲਾਹ ਰੱਬਿਲ ਆਲਮੀਨ। ਸਭ ਤੋਂ ਪਹਿਲੇ ਆਪਣਾ ਨਾਂ ਦੱਸਿਓ। ਅਬਾਦਾਨ ਜੀ। ਅਬਾਦਾਨ, ABADAN। ਔਰ ਅੱਬਾ ਜੀ ਦਾ ਨਾਂ ਤੁਹਾਡੇ ਦਾ? ਰਹਿਮਤੁਲਾ। ਦਾਦੇ ਦਾ? ਉਮਰਾ। ਕੌਮ ਆਪਣੀ? ਜੱਟ। ਗੋਤ? ਕੰਗਣੇ। ਅਤੇ ਅਲ ਕੋਈ ਹੈਗੀ? ਨਹੀਂ, ਕੋਈ ਨਹੀਂ। ਅੱਛਾ, ਇਸ ਵਕਤ ਜਿਹੜੇ ਪਿੰਡ ਬੈਠੇ ਹੋ ਜੀ, ਇਹਦਾ ਨਾਂ ਕੀ ਆ? ਪਹਿਲਾਂ ਤਾਂ ਜੀ ਜਦੋਂ ਹਿੰਦੂ ਹੁੰਦੇ ਸੀ ਉਦੋਂ ਦਾ ਖੁੜਬੜਿਆਲਾ। ਅੱਛਾ, ਅਤੇ ਹੁਣ ਇਹਦਾ ਹਾਜ਼ਰੀ ਰੱਖਿਆ ਗਿਆ ਕੁਤਬਪੁਰ। ਇਹਦੇ ਕੁਤਬਪੁਰ ਦੇ ਨੇੜੇ ਤੇੜੇ ਕੋਈ ਦੋ ਚਾਰ ਪਿੰਡਾਂ ਦੇ ਨਾਂ ਲਵੋ ਤਾਂ। ਆੜੀ ਵਾਲਾ, ਕਲਰ ਵਾਲਾ, ਅੱਛਾ, ਸੰਧੀਲਿਆਂ ਵਾਲੀ, ਸ਼ਾਹਪੁਰ। ਅੱਛਾ, ਸ਼ਾਹਪੁਰ। ਹੋਰ ਇਹਨੂੰ ਤਹਿਸੀਲ ਕਿਹੜੀ ਲੱਗਦੀ? ਮਾਲੀਆ। ਤੇ ਜ਼ਿਲ੍ਹਾ? ਟੋਬਾ ਟੇਕ ਸਿੰਘ। ਤੁਹਾਡੀ ਉਮਰ ਕਿੰਨੀ ਹੋ ਗਈ? 86। 86। ਪੈਦਾਇਸ਼ ਦਾ ਸਾਲ ਯਾਦ ਹੈ ਤੁਹਾਨੂੰ? ਸਰਟੀਫਿਕੇਟ ਦੇ ਤਾਂ ਹੈ ਜੀ 13/10/1936। ਅੱਛਾ, ਹਾਂਜੀ। 1936 ਤੁਸੀਂ ਕਿੱਥੇ ਪੈਦਾ ਹੋਏ ਸੀਗੇ? ਇੰਡੀਆ 'ਚ। ਉਹ ਪਿੰਡ ਕਿਹੜਾ ਸੀਗਾ? ਮੁੱਤੋਂ। ਮੁੱਤੋਂ, ਤੇ ਮੁੱਤੋਂ ਦੇ ਆਂਢ ਗੁਆਂਢ ਕੋਈ ਦੋ ਚਾਰ ਪਿੰਡਾਂ ਦੇ ਨਾਂ ਲਵੋ। ਜੱਬਾ, ਮਹੂਦਪੁਰ, ਠੀਕ ਆ, ਢੰਗੜਪੁਰ। ਅੱਛਾ, ਮੁੱਤੋਂ ਨੂੰ ਥਾਣਾ ਕਿਹੜਾ ਲੱਗਦਾ ਸੀ? ਬੜਾ ਚੌਰ। ਠੀਕ ਆ, ਤੇ ਤਹਿਸੀਲ? ਸਾਡਾ ਪਿੰਡ ਹੈਗਾ ਸੀ ਜੀ ਸਤਲੁਜ ਦਰਿਆ ਦੇ ਕੰਢੇ ਤੇ ਬੈਠੇ ਸੀ। ਅੱਛਾ, ਹਾਂਜੀ, ਠੀਕ ਆ। ਤਹਿਸੀਲ ਗੜੀ ਸ਼ੰਕਰ। ਜ਼ਿਲ੍ਹਾ ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ, ਠੀਕ ਆ। ਅੱਛਾ, ਜਿਹੜਾ ਤੁਹਾਡਾ ਪਿੰਡ ਮੁੱਤੋਂ ਸੀਗਾ ਜੀ, ਇਹ ਸਾਰਾ ਮੁਸਲਮਾਨਾਂ ਦਾ ਪਿੰਡ ਸੀ? ਨਹੀਂ ਜੀ, ਹਾਂ, ਵਿੱਚੇ ਹਿੰਦੂ ਵੀ ਸੀ। ਅੱਛਾ, ਸਿੱਖ ਵੀ ਸੀ। ਠੀਕ ਹੈ, ਹਾਂਜੀ। ਅਤੇ ਮੁਸਲਮਾਨਾਂ ਦੀ ਆਬਾਦੀ ਕਿੰਨੀ ਕੁ ਹੋਣੀ? ਜ਼ਿਆਦਾ ਆਬਾਦੀ ਵੈਸੇ ਮੁਸਲਮਾਨਾਂ ਦੀ। ਮੁਸਲਮਾਨਾਂ ਦੀ, ਅਤੇ ਜਿਹੜੇ ਮੁਸਲਮਾਨ ਜ਼ਿਆਦਾ ਵਸਦੇ ਸੀਗੇ ਉਹ ਸਾਰੇ ਜੱਟ ਹੀ ਸੀਗੇ? ਹਾਂਜੀ। ਜਾਂ ਹੋਰ ਕੌਮਾਂ ਵੀ ਵਸਦੀਆਂ ਸੀਗੀਆਂ ਜਿਵੇਂ ਰਾਈ ਹੋ ਗਏ? ਜੱਟ ਹੀ ਸੀ ਜੀ। ਅੱਛਾ, ਜੱਟ ਹੀ ਸੀ ਤਕਰੀਬਨ, ਰਿਸ਼ਤੇਦਾਰ ਵੀ। ਅਤੇ ਸਿੱਖਾਂ ਦੇ ਘਰ ਕਿੰਨੇ ਹੋਣਗੇ? ਸਿੱਖਾਂ ਦੇ ਕੋਈ ਜੀ 8-7 ਘਰ। ਹਿੰਦੂ? ਹਿੰਦੂ 15-16 ਹੋਣਗੇ। ਨੰਬਰਦਾਰ ਕਿੰਨੇ ਸੀਗੇ ਤੁਹਾਡੇ ਪਿੰਡ ਦੇ? ਸਾਡੇ ਪਿੰਡ ਜੀ ਨੰਬਰਦਾਰ ਸੀ 2। ਅੱਛਾ, ਇੱਕ ਸੀ ਖਾਨ ਮੁਹੰਮਦ, ਦੂਸਰੇ ਨੂੰ ਕਹਿੰਦੇ ਸੀ ਭਾਲੀ ਭਾਲੀ। ਅੱਛਾ, ਨੰਬਰਦਾਰ। ਠੀਕ ਹੈ, ਸਾਡੇ ਪਿੰਡ ਅਸਜਿਦਾਂ ਵਿੱਚ 2 ਸੀਗੀਆਂ। ਕਾਫੀ ਵੱਡਾ ਪਿੰਡ ਸੀ। ਠੀਕ ਹੋ ਗਿਆ। ਅੱਛਾ, ਤੁਹਾਡੇ ਪਿੰਡ ਦੀ ਜਿਹੜੀਆਂ ਗਲੀਆਂ ਸੀਗੀਆਂ ਜੀ, ਉਹ ਇੱਦਾਂ ਹੀ ਤੰਗ ਸੀਗੀਆਂ ਜਾਂ ਖੁੱਲੀਆਂ ਸੀਗੀਆਂ? ਨਹੀਂ ਜੀ, ਜਿਹੜੀਆਂ ਪਈਆਂ ਨਾ ਖੁੱਲੀਆਂ ਸੀ ਵੈਸੇ। ਆ ਇੱਕ ਦੋ ਉਹ ਥੋੜ੍ਹੀਆਂ ਤੰਗ ਵੀ ਸੀ।
ज्यादा खोलिया ने। अच्छा, तुहानू अपने पिंड विच अपना घर याद आ? बिलकुल याद है। अज तुहानू अगर मौका मिले अपने पिंड जाण दा ते अपना घर पछाण लोगे? ना जी, हुण तां मैं ओ साडे इक रिश्तेदार सी। हाँ। ते ओ ना साडे चक दा नक्शा ही हो रहे बने। अच्छा, इन्हें हो के आया? नहीं, उन्होंने उतों फोटो शोटो भेजे थे। अच्छा, इत मैं पढ़ना है ना स्कूल, वो तो हम पक्का बने। वो तो लाजमी गल पक्का बन जाना। आबादी के जेडे राह जाते होंगे उसे कोठियां बनी। अच्छा, मुतों के फिर जो पट्टी सी सारी मुसलमाना की सी? हाँ जी, नहीं भी हिंदू भी सी। अच्छा, हिंदू भी सी। तुहाडे गवांढियां चो कोई हिंदू या सिखां दे कोई घर दे नां याद आ जिहड़े तुहाडे गवांढी होण? हाँ जी, चूर सिंह। अच्छा, रतन सिंह ते इलशी सिंह। अच्छा, बाकी हिंदू गुलजार, एक साडे पिंड दूला सुनियारा हुंदा सी। अच्छा, छोटे छोटे पढ़ते होंगे। कोई ना याद पैंदा किसी का? मिलखी राम। मिलखी राम। अच्छा, स्कूल तुहाडे पिंड विच ही सीगे? हाँ जी, पिंड दे ਐਵੇਂ ਬਾਰ ਬਾਰ ਸੀ। ਅੱਛਾ, ਬਾਰ ਬਾਰ ਸੀ, ਠੀਕ ਆ। ਅਤੇ ਪਿੰਡ ਦੇ ਚੜ੍ਹਦੇ ਪਾਸੇ ਹੁੰਦਾ ਸੀ ਜੱਬਾ ਪਿੰਡ, ਉਹਦੇ ਲਾਗ ਹੀ ਸੀ ਉਹ ਵੀ। ਅੱਛਾ, ਅਤੇ ਉਹਦੇ ਸੈਂਟਰ ਵਿੱਚ ਹੁੰਦਾ ਸੀ, ਉਹਦੇ ਸੈਂਟਰ 'ਚ ਹੁੰਦਾ। ਅਤੇ ਉਹਦੇ ਕਮਰੇ ਕਿੰਨੇ ਸੀ ਸਕੂਲ ਦੇ ਤੁਹਾਡੇ? ਇੱਕੋ ਹੀ ਹੁੰਦਾ ਸੀ ਵੱਡਾ ਸਾਰਾ। ਉਸਤਾਦਾਂ ਦੇ ਨਾਂ ਯਾਦ ਆ ਜਿਹੜੇ ਪੜ੍ਹਾਉਂਦੇ ਸੀਗੇ? ਇੱਕ ਤਾਂ ਸਾਡਾ ਸੀ ਜੀ ਮੁਸਲਮਾਨ ਸੀ, ਮੈਂ ਉਹਦਾ ਨਾਂ ਵੈਸੇ। ਕੋਈ ਗੱਲ ਨਹੀਂ, ਖੈਰ। ਕੋਈ ਹੋਰ ਸਿੱਖ ਹੋਵੇ, ਹਿੰਦੂ ਹੋਵੇ ਮਾਸਟਰ? ਕੋਈ ਨਹੀਂ। ਅੱਛਾ, ਠੀਕ। ਉਹ ਜਿਹੜਾ ਮਾਸਟਰ ਸੀਗਾ ਤੁਹਾਡੇ ਪਿੰਡ ਦਾ ਸੀਗਾ ਜਾਂ ਕਿਸੇ ਹੋਰ ਪਿੰਡ ਆਉਂਦਾ ਸੀ ਪੜ੍ਹਾਉਣ? ਸਾਡੇ ਪਿੰਡ ਦਾ ਹੀ। ਤੁਹਾਡੇ ਪਿੰਡ ਦਾ ਹੀ ਸੀਗਾ? ਸ਼ਾਹ ਸਾਹਿਬ ਸੀ ਉਹਦਾ ਨਾਂ, ਮੈਨੂੰ ਯਾਦ ਨਹੀਂ ਯਾਰ। ਚਲੋ ਕੋਈ ਗੱਲ ਨਹੀਂ, ਖੈਰ। ਜਦੋਂ ਸਕੂਲ ਜਾਂਦੇ ਸੀਗੇ ਜੀ, ਉੱਥੇ ਬਹਿਣ ਦੀ ਕੀ ਬੰਦੋਬਸਤ ਕੀਤਾ ਸੀ? ਦਰੀਆਂ ਜਿਹੀਆਂ ਹੁੰਦੀਆਂ ਸੀ, ਟਾਟ ਜਿਹੇ, ਹੋਰ ਕੀ ਹੋਣਾ ਸੀ। ਅੱਛਾ, ਤੇ ਜਦੋਂ ਸਕੂਲ ਲੱਗਦਾ ਸੀਗਾ ਜੀ, ਉਹਦੀ ਕੀ ਨਿਸ਼ਾਨੀ ਹੁੰਦੀ ਸੀ ਵੀ ਸਕੂਲ ਲੱਗ ਗਿਆ? ਉਹ ਘੰਟੀ ਘੁੰਟੀ ਹੁੰਦੀ ਸੀ ਜੀ। ਅੱਛਾ, ਉਹ ਮੁੰਡੇ ਵਜਾਉਂਦੇ ਸੀਗੇ ਜਾਂ ਕੋਈ ਨੌਕਰ ਰੱਖਿਆ ਸੀ ਜਿਵੇਂ ਚਪੜਾਸੀ ਵਗੈਰਾ? ਨੌਕਰ ਕਿਤੇ ਸੀ, ਮੁੰਡੇ ਹੀ ਹੁੰਦੇ। ਅੱਛਾ, ਫਿਰ ਜਦੋਂ ਤੁਸੀਂ ਮੁੰਡੇ ਮੁੰਡੇ ਜਮਾਤੀ ਜਦੋਂ ਖੇਡਦੇ ਸੀ ਆਪਸ ਵਿੱਚ? ਹਾਂ ਜੀ, ਛੋਟੇ 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 ਹੁੰਦੇ ਆ। ਕਿਹੜੀ ਕਿਹੜੀ ਦਸ ਗਿਆਰਾਂ ਸਾਲ ਦੀ ਉਮਰ 'ਚ? ਹਾਂ ਜੀ, ਹਾਂ ਜੀ। ਬੱਚੇ ਕਿਹੜੀ ਕਿਹੜੀ ਖੇਡਾਂ ਖੇਡੀਆਂ ਤੁਸੀਂ? ਰਾਤ ਦਿਨ ਜੀ ਅਸੀਂ ਖੇਡਦੇ ਹੁੰਦੇ ਸੀ ਲੁਕਣ ਮਿੱਟੀ ਜਿਹੀ। ਹਾਂ, ਉਹ ਲੁਕ ਮਚੀਚਾਂ, ਉਹ ਲੁਕ ਜਾਣਾ ਤੇ ਦੂਏ ਬੰਦੇ ਨੇ ਠੀਕ ਆ ਲੱਭਣਾ। ਬਾਕੀ ਗੁੱਲੀ ਡੰਡਾ ਜਿਹਾ ਠੀਕ ਆ। ਹਾਂ, ਅੱਛਾ, ਅਸੀਂ ਇਹ ਸੁਣਦੇ ਹਾਂ ਵੀ ਉਸ ਜ਼ਮਾਨੇ ਮੁੰਡੇ ਕੁੜੀਆਂ ਰਲ ਕੇ ਲੁਕ ਮਚੀਚਾਂ ਖੇਡਦੇ ਸੀਗੇ। ਬਿਲਕੁਲ, ਅਸੀਂ ਨਾ ਜੀ ਰਾਤ ਨੂੰ ਦਸਾਂ ਦਸਾਂ ਬਾਰਾਂ ਬਾਰਾਂ ਸਾਲਾਂ ਦੀਆਂ ਮੁੰਡੇ ਦੇ ਕੁੜੀਆਂ ਰਲ ਕੇ ਹੁੰਦੇ ਸੀ, ਤੇ ਮਾਂ ਪਿਓ ਨੂੰ ਪਰੇਸ਼ਾਨੀ ਕੋਈ ਨੀ ਸੀ ਹੁੰਦੀ? ਕੋਈ ਨੀ ਸੀ, ਕੋਈ ਨੀ ਸੀ, ਨੋ ਟੈਨਸ਼ਨ। ਮਾਂ ਪਿਓ ਕੁੱਟਦਾ ਹੋਵੇ ਚੱਲ ਕੰਨ ਤੋਂ ਫੜ ਕੇ ਵੀ ਤੂੰ ਸਾਰਾ ਦਿਨ ਖੇਡਦਾ ਰਹਿਣਾ, ਪੜ੍ਹਦਾ ਤਾਂ ਹੈ ਹੀ ਨਹੀਂ? ਨਹੀਂ, ਕੋਈ ਨੀ। ਅੱਛਾ, ਤੁਸੀਂ ਆਪਣੇ ਬਜ਼ੁਰਗਾਂ ਵਿੱਚੋਂ ਦਾਦਾ ਦੇਖਿਆ ਆਪਣਾ? ਨਹੀਂ ਜੀ, ਮੈਂ ਨਹੀਂ ਦੇਖਿਆ। ਦਾਦੀ? ਨਹੀਂ, ਕੋਈ ਨੀ ਦੇਖਿਆ। ਦਾਦੀ ਦਾ ਨਾਂ ਕੀ ਆ? ਦਾਦੀ ਦਾ ਨਾਂ ਯਾਦ ਨਹੀਂ ਆ। ਠੀਕ ਆ, ਚਾਚੇ ਤਾਏ? ਚਾਚੇ ਤਾਏ ਹੈ ਹੀ ਨਹੀਂ ਸੀ ਜੀ। ਅੱਛਾ, ਤੁਹਾਡਾ ਬਾਈ ਸੀ? ਮੇਰਾ ਵਾਲਦ ਇਕੱਲੇ ਸੀ। ਕੋਈ ਫੁੱਫੀ ਹੋਵੇ? ਫੁੱਫੀ ਹਾਜ਼ਰ ਆ ਸੀ ਮੇਰੇ। ਉਹ ਕਿੱਥੇ ਵਿਆਹੀ ਸੀਗੀ? ਉਹ ਚੱਕ, ਪਿੰਡ ਦਾ ਨਾਂ ਸੀ ਚੱਕ। ਹਾਂ, ਲੁਧਿਆਣੇ ਦੇ ਕੋਲ ਕਰਕੇ? ਹਾਂ ਜੀ, ਲੁਧਿਆਣੇ ਦੇ ਕੋਲ ਕਰਕੇ। ਨਹੀਂ ਨਹੀਂ, ਲੁਧਿਆਣੇ ਤਾਂ ਸਾਡੇ ਸਤਲੁਜ ਦੇ ਪਾਰ ਹੈਗਾ ਸੀ ਯਾਰ। ਅੱਛਾ ਅੱਛਾ, ਹਾਂ ਜੀ, ਠੀਕ ਹੋ ਗਿਆ। ਅੱਛਾ, ਚੱਕ ਚੱਕ 'ਚ ਵਿਆਹੀ ਸੀਗੀ। ਅੱਛਾ, ਅਤੇ ਤੁਹਾਡੇ ਨਾਨਕੇ ਕਿੱਥੇ ਰਹਿੰਦੇ ਸੀਗੇ? ਨਾਨਕੇ ਸਾਡੇ ਚੱਕ 'ਚ। ਅੱਛਾ ਅੱਛਾ, ਹਾਂ ਜੀ। ਨਾਨੇ ਦਾ ਨਾਂ ਯਾਦ ਆ?
अपने नाने का ना याद आ? नाने का ना, हाँ जी, नूर मोहम्मद। ते नानी? नाने का पता नहीं। मामे किन्ने सी तुहाडे? मामा जी इको सी। ओदा की ना? अली मोहम्मद ते और अली आले। कोई मासी भी सी? मासी हैंगे जी। ओ कितने कितने बहियां से गया? ओ ब्याहियों से जी, पहला था जब्बे सी। अच्छा। हूँ वो आके बैठे सी चाक नंबर 45 ईचा बदनी। ठीक हो गया। अच्छा, पिंड में तुहाडा जिहड़ा घर सीगा जी, वो पक्का बनिया सी? नहीं, कच्चा जिहा सी, छप्पर जिहे हुंदे सी जी। हाँ। कोई नहीं, पक्का पक्का। किन्ने मरलियां दा वैसे हाथा होगा? पंज क मरले दा होणा जी। अच्छा। मझगां रखी सी जी? हाँ जी, रखे सी। लै, जदों असीं आए ना जी, उजड़ गए असीं अपने गाइयां दे ते मझां दे ते संगल असीं छड़ दिते, आजाद कर दिते। समान काफ़ी सी, बस घरां दा भला चक हुंदा जी, दाणा पक्का जाए कम जाए बस। चलो ठीक, आपां फिर गल्लां बाद च करांगे। अच्छा, तुहाडे बजुर्ग वाही बीजी करदे सीगे जी? खेतीबाड़ी। खेतीबाड़ी करदे? हां जी। उन्हां दी जमीन किन्नी खाऊगी? जमीन जी इधर 8 किले होनी है जी। नहरां नहीं सी होंदियां साडे पासे, बरानी जमीन सीगी, बारिश पैंदी सी, इहनूं मारू जमीन कहिंदे आ, मारू सीगी। फसलां कीड़ी कीड़ी होंदी सी तुहाडे पासे? मकई, गंदम ते कमांद ते बाकी बाजरा जिहड़ा चेरी। अच्छा, मुत्तों दे पिंड दे विच कोई छप्पड़ भी सीगे? छप्पड़? हाँ। नहीं, कोई नहीं यार। दरख्त जिवें इत्थे पीपल बोर्ड हो गया, उत्थे कड़े कड़े दरख्त लगे होंदे सीगे? दरख्त उत्थे भी जी इह सी टालियां, किकर ते निम्मा शिम्मा। ते पानी पीण दा की बंदोबस्त सीगा? ते दूआ पीपल भी होंदे सी। हाँ जी, पानी पीण दा की बंदोबस्त सी उत्थे? पानी पीण दा ही नलके होंदे सी जी। तुहाडे पिंड नलके लगे सीगे? हाँ जी। खूह ते नहीं सीगे? खूह भी हैगे सी जी, खूह सी वैसे जी। हाँ, नलके नहीं सी होंदे, खूह होंदे जी सबड़े। हाँ, कोई गल नहीं। अच्छा, तुहाडे वेड़े विच भी कोई दरख्त लगा सी? नहीं, कोई नहीं जी। अच्छा। हाँ जी, पिंड विच दुकानां सीगियां? हाँ जी, हैगियां जी। ਕਿਹਨਾਂ ਦੀਆਂ ਸੀਗੀਆਂ? ਆਹੀ ਇੱਕੋ ਮੈਂ ਤਾਂ ਯਾਦ ਆ ਜੀ, ਦੁੱਲਾ ਸੁਨਿਆਰਾ ਹੁੰਦਾ ਸੀ। ਹਾਂ, ਅਤੇ ਉੱਥੋਂ ਜੀ ਅਸੀਂ ਚੀਜ਼ੀ ਮੀਜੀ ਲੈਣ ਜਾਂਦੇ ਹੁੰਦੇ। ਠੀਕ ਆ। ਦੁਕਾਨਦਾਰ ਉਸਲੇ ਬੱਚੇ ਨੂੰ ਜਦੋਂ ਕੋਈ ਸੌਦਾ ਲੈਣ ਆਉਂਦਾ ਸੀਗਾ ਜੀ, ਉਹ ਛੋਟੀ ਮੋਟੀ ਚੀਜ਼ੀ ਉੱਦਾਂ ਹੀ ਫੜਾ ਦਿੰਦੇ ਸੀਗੇ ਜੀ। ਉਹਨੂੰ ਭਲਾ ਕੀ ਕਹਿੰਦੇ ਹੁੰਦੇ ਸੀਗੇ? ਲੂੰਗਾ ਲੂੰਗਾ, ਹਾਂ ਸੌਰੀ, लूंगा लूंगा, रूंगा कहते हैं। हाँ जी। अच्छा, तो जब कोई बीमार हो जाता सेगा? हाँ जी। फिर कितने लेके जाते सेगे? किसे भी नहीं जी, ना कोई हस्पताल होंदे सी, ना कोई हकीम होंदे सी। अच्छा। ते अजवाइन जी होंदी सी बस, ये है कि रगड़ के ते पक्की पानी नाल लै लैनी, अल्लाह ने शफा कर देनी। ते दाने दूने पे होने कितने जाते थे? चक्कियां नाल यार, चक्कियां ही होंदिया सी। हाथ लिया और ता? हाँ जी। घराट करूट कोई नहीं सी? ना ना, कोई शह नहीं सी यार। अच्छा। हाँ जी। पिंड च मस्जिद पक्की बनी सी? मस्जिद साढ़े पिंड दो बनिया सी पक्कियां। गुंबद वाली या गुंबद तो बगैर? उत्ते गुंबद छोटे 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 होंदे सी सामने गुंबद। अच्छा। पिंड दे नेड़े तेड़े कोई बाग होवे ਜਿਵੇਂ ਅੰਬਾਂ ਦਾ ਹੁੰਦਾ, ਮਾਲਟਿਆਂ ਦਾ ਹੁੰਦਾ? ਨਹੀਂ ਜੀ, ਆਪਾਂ ਨੂੰ ਮੈਂ ਤਾਂ ਕੋਈ ਨਹੀਂ ਦੇਖਿਆ ਯਾਰ। ਦਰਗਾਹ ਹੋਵੇ ਨਜ਼ਦੀਕ? ਦਰਗਾਹ ਦਰਗਾਹ ਮੈਨੂੰ ਉਹਦੀ ਹੋਸ਼ ਕੋਈ ਨਹੀਂ ਯਾਰ। ਅਤੇ ਦਰਿਆ ਤੁਹਾਡੇ ਨੇੜੇ ਕਿਹੜਾ ਵਗਦਾ ਸੀਗਾ? ਸਤਲੁਜ। ਉਹ ਸਤਲੁਜ ਤਾਂ ਇੱਥੋਂ ਕਿੰਨਾ ਕੁ ਦੂਰ ਸੀ ਤੁਹਾਡੇ ਪਿੰਡ ਤੋਂ? ਅਸੀਂ ਬਿਲਕੁਲ ਕੰਢੇ 'ਤੇ ਬੈਠੇ ਸੀ, ਐਵੇਂ ਥੋੜ੍ਹਾ ਜਿਹਾ ਫੈਸਲਾ ਸੀ, ਜ਼ਿਆਦਾ ਜ਼ਿਆਦਾ ਅੱਧਾ ਕੁ ਕਿਲੋਮੀਟਰ। ਅੱਛਾ। ਇਹ ਜਿਹੜਾ ਤੁਹਾਡਾ ਪਿੰਡ ਮੁੱਤੋਂ ਸੀਗਾ ਜੀ, ਇਹਦੇ ਆਂਢ ਗੁਆਂਢ ਸਿੱਖਾਂ ਦੇ ਕਿਹੜੇ ਕਿਹੜੇ ਚੱਕ ਸੀਗੇ?
ਸਿੱਖਾਂ ਦੇ ਵਿੱਚ ਮੁਸਲਮਾਨਾਂ ਦੇ ਜੱਬਾ ਕਾਠਗੜ੍ਹ ਮਹੂਦਪੁਰ ਅਤੇ ਧੈਂਗੜਪੁਰ ਅਤੇ ਇੱਦਾਂ ਹੀ ਹੋਰ ਵੀ ਕਾਫੀ। ਅੱਛਾ, ਜਿਹੜੇ ਤੁਸੀਂ ਜਦੋਂ ਸਕੂਲੇ ਪੜ੍ਹਦੇ ਸੀਗੇ ਜੀ ਤੇ ਟਾਟਾਂ ਦੇ ਬਹਿੰਦੇ ਸੀਗੇ, ਹਾਂਜੀ, ਜਿਹੜੇ ਤੁਹਾਡੇ ਨਾਲ ਜਮਾਤੀ ਹਿੰਦੂਆਂ ਦੇ ਜਾਂ ਸਿੱਖਾਂ ਦੇ ਮੁੰਡੇ ਪੜ੍ਹਦੇ ਸੀਗੇ, ਹਾਂਜੀ, ਸਾਰੇ ਇਕੱਠੇ ਬਹਿੰਦੇ ਸੀਗੇ ਜਾਂ ਅਲੱਗ ਅਲੱਗ ਬੈਠਦੇ ਸੀਗੇ? ਇਕੱਠੇ ਬਹਿੰਦੇ ਸੀ, ਇਕੱਠੇ ਬਹਿੰਦੇ ਸੀ। ਅੱਛਾ, ਕੋਈ ਇਹੋ ਜਿਹਾ ਫਰਕ ਨਹੀਂ ਸੀ ਹੁੰਦਾ ਵੀ ਮੁਸਲਮਾਨਾਂ ਦੀ ਲੈਣ ਅਲੱਗ ਹੋਵੇ ਸਿੱਖਾਂ ਦੀ ਅਲੱਗ ਹੋਵੇ? ਯਾਦ ਤਾਂ ਕੋਈ ਨਹੀਂ। ਅੱਛਾ, ਜਦੋਂ ਸਕੂਲ ਲੱਗਦਾ ਸੀਗਾ ਉੱਥੇ ਦੁਆ ਮੰਗਾਉਂਦੇ ਹੁੰਦੇ ਸੀਗੇ? ਨਹੀਂ, ਕੋਈ ਨਹੀਂ। ਅੱਛਾ, ਤੁਹਾਡੇ ਜ਼ਮਾਨੇ ਬੱਚਿਆਂ ਨੂੰ ਪਹਾੜੇ ਜਿਹੜੇ ਯਾਦ ਕਰਾਉਂਦੇ ਆ, ਹਾਂਜੀ, ਉਹ ਕਿੱਦਾਂ ਯਾਦ ਕਰਾਉਂਦੇ ਸੀਗੇ? ਇੱਕ ਦੋਣੇ ਦੋਣੇ, ਦੋ ਦੋਣੇ ਚਾਰ ਜੀ। ਅੱਛਾ, ਹਾਂਜੀ, ਜਦੋਂ ਪਾਕਿਸਤਾਨ ਬਣਿਆ, ਹਾਂਜੀ, ਉਸ ਵਕਤ ਇਹ ਖਬਰ ਪਾਕਿਸਤਾਨ ਬਣਨੇ ਦੀ ਤੁਹਾਡੇ ਪਿੰਡ ਕਿੱਦਾਂ ਆਪੜੀ ਵੀ ਪਾਕਿਸਤਾਨ ਬਣ ਗਿਆ? ਮਾਤਾ ਜੀ 10-11 ਸਾਲਾਂ ਦਾ ਸੀ, ਹਾਂ ਹਾਂ, ਅਤੇ ਸੁਣਦੇ ਹੁੰਦੇ ਸੀ ਕਿ ਜੀ ਪਾਕਿਸਤਾਨ ਬਣ ਗਿਆ, ਅਤੇ ਫਿਰ ਅਸੀਂ ਉੱਜੜ ਕੇ ਕੈਂਪ ਕੁੰਪ ਲੱਗਦੇ ਆਏ ਰਾਹ ਦੇ ਵਿੱਚ, ਸਾਡੇ ਸਾਰੇ ਹੋਸ਼ ਆ ਮੈਨੂੰ, ਅਤੇ ਜਦੋਂ ਅਸੀਂ ਪਹੁੰਚੇ ਨਾ ਜੀ ਅੰਮ੍ਰਿਤਸਰ, ਇੱਥੇ ਸਿੱਖ ਕਹਿੰਦੇ ਸੀ ਅਸੀਂ ਇਹ ਕਾਫਲਾ ਸੋਕਾ ਨਹੀਂ ਜਾਣ ਦੇਣਾ। ਫਿਰ ਜੀ ਲਾਹੌਰੋਂ ਸਾਡੀ ਇਲਟਰੀ ਗਈ, ਇਹਨੇ ਫਿਰ ਕਰਫਿਊ ਆਰਡਰ ਲਾ ਕੇ ਫਿਰ ਕਾਫਲਾ ਕੱਢ ਕੇ ਜਾਂਦਾ। ਜਦੋਂ ਅਸੀਂ ਵਾਹਗਾ ਬਾਰਡਰ 'ਤੇ ਪਹੁੰਚੇ ਉੱਥੇ ਪਤਾ ਲੱਗਿਆ ਜੀ ਪਾਕਿਸਤਾਨ ਦੀ ਹੱਦ ਆ ਗਈ ਆ। ਉੱਥੇ ਫਿਰ ਰਾਸ਼ਨ ਪਾਣੀ, ਚਾਵਲ ਸ਼ਾਵਲ ਅਤੇ ਆਟਾ ਸ਼ਾਟਾ। ਹਾਂਜੀ, ਜਦੋਂ ਤੁਸੀਂ ਮੁੱਤੋਂ ਛੱਡਿਆ ਸੀਗਾ ਜੀ, ਤੁਸੀਂ ਦੱਸਿਆ ਵੀ ਡੰਗਰ ਛੱਡਤੇ ਸੀਗੇ ਉੱਦਾਂ ਹੀ ਜੀ, ਘਰ ਦੇ ਸਾਰੇ ਜੀ ਤੁਸੀਂ ਇਕੱਠੇ ਨਿਕਲੇ ਸੀਗੇ? ਹਾਂਜੀ, ਇੱਕ ਭੈਣ ਭਾਈ ਅਤੇ ਵਾਲਦੈਨ ਦੋ ਜੀ ਬਸ। ਅੱਛਾ, ਕੋਈ ਗੱਡਾ ਤਾਂ ਨਹੀਂ ਸੀ ਤੁਹਾਡੇ ਕੋਲ? ਗੱਡਾ ਹੈਗਾ ਸੀ, ਲੱਕੜੀ ਦੇ ਪਹੀਏ ਵਾਲਾ ਜੋਗ ਵੀ ਸੀ ਉਹਦੇ ਉੱਤੇ ਅਸੀਂ ਆਪਣੇ ਲੇਪ ਲੂਪ ਸਿੱਟ ਕੇ ਦਾਣਾ ਫੱਕਾ ਦੋ ਚਾਰ ਭਾਂਡੇ ਭੁੰਡੇ ਜਾ ਲੈ ਕੇ ਤੁਰ ਪਏ। ਘਰ ਦਾ ਸਮਾਨ ਸਾਰਾ ਤਾਂ ਚੱਕ ਨਹੀਂ ਹੁੰਦਾ ਜੀ। ਠੀਕ ਆ, ਹਾਂਜੀ, ਫਿਰ ਮੁੱਤੋਂ 'ਚੋਂ ਨਿਕਲ ਕੇ ਕਿਹੜੇ ਪਿੰਡ ਗਏ ਸੀਗੇ? ਪਿੰਡ ਉੱਤੋਂ ਅਸੀਂ ਨਿਕਲ ਗਏ ਨਾ ਜੀ ਰਾਤੋਂ ਰਾਤ, ਰਾਹੋਂ ਹੈਗਾ ਇੱਕ ਸ਼ਹਿਰ ਅਤੇ ਤਹਿਸੀਲ ਵੀ ਆ ਅਤੇ ਜ਼ਿਲ੍ਹਾ ਹੈਗਾ ਜਲੰਧਰ, ਉੱਥੇ ਅਸੀਂ ਆਇਆ ਸੀ ਜੀ। ਆਸੇ ਪਾਸੇ ਦੇ ਹੋਰ ਵੀ ਮੁਸਲਮਾਨ ਕਾਫਲੇ ਸ਼ਾਮਿਲ ਹੁੰਦੇ ਗਏ। ਹਾਂਜੀ, ਅੱਛਾ, ਰਾਹੋਂ ਵਿੱਚ ਤੁਸੀਂ ਕਿੰਨੇ ਦਿਨ ਰਹੇ ਸੀਗੇ? ਦੋ ਚਾਰ ਦਿਨ ਜੀ ਬਸ, ਉੱਤੋਂ ਫਿਰ ਸਾਡਾ ਕਾਫਲਾ ਚੱਲ ਪਿਆ ਸੀ, ਰਾਹ ਦੇ ਵਿੱਚ ਹਿੰਦੂ ਸਿੱਖਾਂ ਦੇ ਹਮਲੇ ਹੋਣੇ ਜੀ, ਵੱਢ ਵਢਾਂਗੇ ਅਤੇ ਔਰਤਾਂ ਨੇ ਵੀ ਖਿੱਚਦੇ ਸੀ ਲਾ ਕੇ ਲੈ ਜਾਂਦੇ ਸੀ। ਹਾਂਜੀ, ਜਦੋਂ ਤੁਸੀਂ ਰਾਹੋਂ ਕੈਂਪ 'ਤੇ ਚਾਹਿਆ ਦੋ ਚਾਰ ਦਿਨ ਜੀ ਜੀ, ਉਹਨਾਂ ਦਿਨਾਂ 'ਚ ਮੀਂਹ ਬੜੇ ਪੈਂਦੇ ਸੀਗੇ? ਹਾਂਜੀ, ਉਹ ਇਹੀ ਗੱਲ ਸੁਣ ਲਓ ਜੀ, ਜਦੋਂ ਅਸੀਂ ਸਾਡਾ ਕਾਫਲਾ ਰਾਹੋਂ ਤੋਂ ਚੱਲਿਆ ਨਾ ਜੀ, ਬਸ ਜੀ ਅੱਲਾ ਦੇ ਕੰਮ ਆ, ਸਾਰੀ ਰਾਤ ਮੀਂਹ ਝੁਲਕ ਝੁਲਕ ਹੁੰਦੀ ਰਹੀ ਆ। ਉੱਥੋਂ ਸਾਡਾ ਕਾਫਲਾ ਚੱਲ ਗਿਆ ਨਾ, ਫਿਰ ਆ ਕੇ ਲੱਗਿਆ ਸੀ ਬਹਿਰਾਮ। ਹਾਂਜੀ, ਅੱਛਾ, ਬਹਿਰਾਮ ਰੁਕੇ ਕਿ ਉੱਦਾਂ ਹੀ ਉੱਥੇ ਤੁਰਦੇ? ਬਹਿਰਾਮ, ਹਾਂਜੀ, ਬਹਿਰਾਮ ਰੁਕੇ ਸੀਗੇ? ਬਹਿਰਾਮ ਜੀ ਉਸ ਜਗ੍ਹਾ ਦਾ ਨਾਂ ਸੀ। ਹਾਂ, ਪਿੰਡ ਦਾ ਨਾਮ ਆ ਬਹਿਰਾਮ, ਪਤਾ ਨਹੀਂ ਪਿੰਡ ਸੀ ਕਿ ਸ਼ਹਿਰ ਸੀ ਜੀ। ਹਾਂਜੀ, ਹਾਂਜੀ, ਉੱਥੇ ਕਿੰਨੇ ਦਿਨ ਰੁਕੇ ਤੁਸੀਂ? ਉੱਥੇ ਤਾਂ ਜੀ ਕਾਫੀ ਦਿਨ ਰੁਕੇ ਹਾਂ ਅਸੀਂ, ਹਿੰਦੂਆਂ ਸਿੱਖਾਂ ਨੇ ਖੂਹਾਂ 'ਚ ਜ਼ਹਿਰਾਂ ਪਾਤੀਆਂ ਅਤੇ ਉਹ ਫਿਰ ਜਦੋਂ ਪਾਣੀ ਪੀਂਦੇ ਸੀ ਅਸਤਰ ਲੱਗ ਗਿਆ ਸੀ ਲੋਕਾਂ ਨੂੰ ਜਲਾਬ, ਕਾਫੀ ਉੱਥੇ ਹਰੇ ਬੰਦੇ ਉੱਥੇ ਮਰਿਆ, ਭਾਗਾਂ ਵਾਲੇ ਬਚ ਕੇ ਆਇਆ। ਬਰਾਮ ਵੀ ਫਿਰ ਮੀਂਹ ਪੈਂਦਾ ਰਿਹਾ ਉੱਤੋਂ? ਹਾਂਜੀ, ਸਾਰੀ ਰਾਤ ਤਾਂ ਪੈਂਦਾ ਰਿਹਾ, ਫਿਰ ਉੱਥੇ ਜਾ ਕੇ ਹਟ ਗਏ ਸੀ। ਹਾਂਜੀ, ਫਿਰ ਅੱਗੇ ਬਹਿਰਾਮ ਤੋਂ ਅੱਗੇ ਕਿੱਧਰ ਨੂੰ ਗਏ?
ਫਿਰ ਉੱਥੋਂ ਰਾਹ ਦੇ ਵਿੱਚ ਹੋਰ ਜੀ ਬੱਸ ਵੀ ਆਉਂਦੇ ਜਾਂਦੇ ਰਹੇ ਜੀ ਅਤੇ ਆਖਰੀ ਕੈਂਪ ਸਾਡਾ ਲੱਗਿਆ ਸੀ ਆ ਕੇ ਆ ਅੰਮ੍ਰਿਤਸਰ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਦੇ ਵਿੱਚ ਉਹ ਜਗ੍ਹਾ ਯਾਦ ਪੈਂਦੀ ਕਿੱਥੇ ਕਰਕੇ ਤੁਹਾਡਾ ਕੈਂਪ ਲੱਗਾ ਸੀਗਾ ਦਸ ਗਿਆਰਾਂ ਸਾਲਾਂ ਦਾ ਹੈਗਾ ਸੀ ਮੈਂ ਨਹੀਂ ਉੱਦਾਂ ਕੋਈ ਪਤਾ ਜਿਵੇਂ ਯਾਦ ਰੇਲ ਗੱਡੀ ਦਾ ਸਟੇਸ਼ਨ ਨੇੜੇ ਸੀਗਾ ਜਾਂ ਕੋਈ ਬਾਗ ਸੀਗਾ ਜਾਂ ਖੁੱਲ੍ਹਾ ਮੈਦਾਨ ਸੀਗਾ ਰੋਡ ਦੇ ਉੱਤੇ ਸੀਗੀ ਰੋਡ ਦੇ ਉੱਤੇ ਸੀਗਾ ਤੁਹਾਡੀ ਹਿਫਾਜ਼ਤ ਲਈ ਨਾਲ ਫੌਜ ਸੀਗੀ ਨਹੀਂ ਜਦ ਕੋਈ ਵੀ ਨਹੀਂ ਸੀ ਉਦੋਂ ਪੰਜਾਬ ਦੇ ਸਾਰੇ ਸਿੱਖ ਇਕੱਠੇ ਹੋਣ ਲੱਗ ਪਏ ਨਾ ਅੰਮ੍ਰਿਤਸਰ ਜੀ ਉੱਥੋਂ ਫਿਰ ਸਾਡੀ ਫੌਜ ਨੂੰ ਪਤਾ ਲੱਗਿਆ ਇੱਥੇ ਆਪਣੀ ਫੌਜ ਗਈ ਅਤੇ ਉਹ ਫਿਰ ਕਰਫਿਊ ਆਰਡਰ ਲਾ ਕੇ ਕੱਢ ਕੇ ਲਿਆਏ ਸੀ ਸਾਨੂੰ ਤੁਸੀਂ ਇਹ ਜ਼ਿਕਰ ਕੀਤਾ ਸੀਗਾ ਕਿ ਬਈ ਅੰਮ੍ਰਿਤਸਰ 'ਚ ਸਿੱਖਾਂ ਨੇ ਇਹ ਕਿਹਾ ਸੀ ਵੀ ਇਹ ਕਾਫਲੇ ਨੂੰ ਅਸੀਂ ਸੁੱਕਾ ਲੰਘਣ ਨਹੀਂ ਦੇਣਾ ਠੀਕ ਹੈ ਨਾ ਇਹ ਜਿਹੜੀ ਗੱਲਬਾਤ ਸਿੱਖਾਂ ਦੀ ਸੁਣ ਉਹ ਤੁਹਾਨੂੰ ਉੱਥੇ ਸੁਣਦੇ ਸੀ ਜੀ ਅੱਛਾ ਹਾਂਜੀ ਅੰਮ੍ਰਿਤਸਰ ਪਹੁੰਚਣ ਤੱਕ ਅਤੇ ਮੁੱਤੋਂ ਤੋਂ ਨਿਕਲਣ ਦੇ ਦੌਰਾਨ ਤੁਹਾਡੇ ਕਾਫਲੇ 'ਤੇ ਹਮਲਾ ਤਾਂ ਨਹੀਂ ਹੋਇਆ ਹਮਲੇ ਬਹੁਤ ਹੋਏ ਆ ਯਾਰ ਜਿੱਥੇ ਜਿੱਥੇ ਹਮਲੇ ਹੋਏ ਤੁਸੀਂ ਉਹ ਸਾਨੂੰ ਦੱਸੋ ਭਲਾ ਉਹ ਯਾਰ ਮੈਨੂੰ ਆਈਡੀ ਅੱਛਾ ਚਲੋ ਠੀਕ ਆ ਕੋਈ ਗੱਲ ਨਹੀਂ ਖੈਰ ਅੱਛਾ ਉਹਨਾਂ ਹਮਲਿਆਂ ਦੇ ਵਿੱਚ ਕੁੜੀਆਂ ਵੀ ਖਿੱਚ ਕੇ ਲੈ ਗਏ ਹਾਂਜੀ ਲੈ ਗਏ ਜੀ ਸਾਡੇ ਪਿੰਡ ਦੀਆਂ ਦੋ ਬੱਚੀਆਂ ਬਾਹਰ ਜਾਈਆਂ ਫਿਰ ਅੱਛਾ ਅੱਜ ਜਦੋਂ ਠੰਡ ਠੇਰ ਜੀ ਠੀਕ ਆ ਦੋ ਕੁ ਸਾਲ ਬਾਅਦ ਹਾਂਜੀ ਅੱਛਾ ਉਹ ਜਿਹੜੀਆਂ ਆਈਆਂ ਸੀਗੀਆਂ ਇਹ ਉਹਨਾਂ ਨੂੰ ਕੋਈ ਲੈਣ ਲਈ ਇੱਥੋਂ ਗਿਆ ਸੀਗਾ ਜਾਂ ਉੱਦਾਂ ਹੀ ਉੱਥੋਂ ਲਾਹੌਰੋਂ ਫਿਰ ਲੈ ਕੇ ਆਏ ਸੀਗੇ ਕੋਈ ਲੈਣੇ ਹੋਣਾ ਜੀ ਗਿਆ ਤਾਂ ਤਾਂ ਹੀ ਆਈਆਂ ਫਿਰ ਜੀ ਇਹਦਾ ਮੈਨੂੰ ਪਤਾ ਨਹੀਂ ਕਿਉਂ ਮੈਂ 10-11 ਸਾਲ ਠੀਕ ਆ ਜਦੋਂ ਆਈਆਂ ਸੀਗੀਆਂ ਉਹਨਾਂ ਦੇ ਨਾਲ ਕੋਈ ਬੱਚੇ ਵੀ ਸੀਗੇ ਕੋਈ ਪਤਾ ਨਹੀਂ ਇਹ ਵੀ ਨਹੀਂ ਪਤਾ ਠੀਕ ਆ ਕੋਈ ਗੱਲ ਨਹੀਂ ਹੁਣ ਤੁਸੀਂ ਪਹੁੰਚ ਗਏ ਲਾਹੌਰ ਜੀ ਉਹ ਪਹਿਲੀ ਵਾਰੀ ਜਦੋਂ ਕੈਂਪ ਹਾਂਜੀ ਤੇ ਤੁਹਾਨੂੰ ਉੱਥੇ ਰੋਟੀ ਪਾਣੀ ਵੀ ਲੱਭਿਆ ਜੀ ਜੀ ਉਹ ਕੈਂਪ ਜਿੱਥੇ ਲੱਗਾ ਸੀਗਾ ਉਹ ਜਗ੍ਹਾ ਦਾ ਨਾਂ ਯਾਦ ਪੈਂਦਾ ਹਾਂਜੀ ਰਾਵੀ ਤੋਂ ਉਰਲੇ ਪਾਸੇ ਸੜਕਾਂ ਦੇ ਉੱਤੇ ਬੈਠੇ ਸੀ ਅਸੀਂ ਅੱਛਾ ਹਾਂਜੀ ਬਾਕੀ ਉੱਥੋਂ ਤਾਂ ਫਿਰ ਨਾ ਆਪਣੇ ਆਪਣੇ ਰਿਸ਼ਤੇ ਦਾ ਦਾਰਾਂ ਨੂੰ ਉਹ ਹਾਂਜੀ ਅਤੇ ਤੁਸੀਂ ਫਿਰ ਇੱਥੇ ਕੁਤਬਪੁਰਾ ਜਿਹਨੂੰ ਕਹਿੰਦੇ ਜਾਂ ਖੁਰਲਿਆਂ ਵਾਲਾ ਕਹਿੰਦੇ ਆ ਇੱਥੇ ਕਿੱਦਾਂ ਪੜ੍ਹੇ ਇੱਥੇ ਜੀ ਅਸੀਂ ਫਿਰ ਨਾ ਉੱਥੋਂ ਚੱਲ ਕੇ ਨਾ ਸਾਡੇ ਰਿਸ਼ਤੇਦਾਰ ਸੀ ਬੈਠੇ 32 ਚੱਕ ਚੀਚਾਵਤਨੀ ਅੱਛਾ ਚੀਚਾਵਤਨੀ ਉੱਥੇ ਪਹੁੰਚੇ ਅਸੀਂ ਉੱਥੋਂ ਅਸੀਂ ਫਿਰ ਜੀ ਉੱਠੇ 32 ਚੱਕ ਅਤੇ 45 ਚੱਕ ਲਾਗੋ ਲਾਗੇ ਹਾਂ ਉੱਥੇ ਅਸੀਂ ਉੱਠ ਗਿਆ ਸੀ ਜੀ 45 ਚੱਕ ਦੇ ਵਿੱਚ ਹੈਗਾ ਸੀ ਅੱਲਾ ਬਖਸ਼ ਲੰਬੜਦਾਰ ਇੱਥੇ ਆਏ ਸੀ ਅਸੀਂ ਫਿਰ ਉਹਨੇ ਫਿਰ ਸਾਨੂੰ ਇੱਥੇ ਸੀ ਭੇਜਿਆ ਬੰਗਲਾ ਸੁਲਤਾਨਪੁਰ ਇੱਥੇ ਵੀ ਸਾਡੇ ਰਿਸ਼ਤੇਦਾਰ ਸੀ ਅਬਦਰਮਾਨ ਲੰਬੜਦਾਰ ਇਹਨੇ ਵੀ ਸਾਨੂੰ ਆ ਗਿਆ ਇੱਥੇ ਵਾਲਿਆ ਸੀ ਹਿੰਦੂਆਂ ਦੇ ਅਸੀਂ ਕੋਠੇ ਕੱਚੇ ਲਏ ਇਹਨਾਂ ਨੇ ਵੀ ਸਾਨੂੰ ਨਾ ਜ਼ਮੀਨ ਦੇ ਫਾਰਮ ਭੇਜੇ ਪਿੱਛੋਂ ਉਹ ਫਿਰ ਅਮੀਨ ਲਾ ਕੇ ਪਈ ਸਾਨੂੰ ਤੁਸੀਂ ਕਿਹਾ 35 ਚੱਕ ਅਤੇ 45 ਚੱਕ 45 ਇਹਨਾਂ ਦੇ ਨਾਲ ਕੋਈ ਬਟੇ ਵੀ ਲੱਗਦੇ ਆ 45 ਇਹਦੇ ਨਾਲ 35 ਚੱਕ ਦੇ ਨਾਲ ਬਟੇ ਵੀ ਲੱਗਦੇ ਆ ਕੋਈ ਬਟੇ 12L 12L ਹਾਂ 45-12L 45-12L ਅਤੇ 35-32 32-12L 32-12L ਅੱਛਾ ਇਹਨੇ ਕਿਹਾ ਇਹ ਦੋਵਾਂ ਅੱਛਾ ਤੁਸੀਂ ਇੱਥੇ ਆਏ ਠੀਕ ਆ ਜ਼ਮੀਨ ਤੁਹਾਨੂੰ ਫਿਰ ਇੱਥੇ ਪਈ ਇੱਥੇ ਪਈ ਹੈ ਜੀ ਅੱਛਾ ਉਹ ਜਿੰਨੀ ਉੱਥੇ ਛੱਡ ਕੇ ਆਏ ਸੀਗੇ ਇਹ ਪਤਾ ਨਹੀਂ ਜੀ ਘੱਟ ਪਈ ਹੋਣੀ ਹੈ ਜੀ ਉਹ ਤਾਂ ਉਹ ਮਾਰੂ ਸੀ ਬਾਦਾਨੀ ਇਲਾਕਾ ਸੀ ਨਾ ਮਾਰੂ ਸੀਗੀ ਇੱਥੇ ਸਾਨੂੰ ਆ ਕੇ ਪਈ ਆ ਫਿਰ 80 ਨੰਬਰੀ 80 ਨੰਬਰੀ ਯਾਨੀ ਕਿ ਅੱਛੀ ਕੁਆਲਿਟੀ ਵਾਲੀ ਪਿੱਛੇ ਤਾਂ ਜ਼ਿਆਦਾ ਹੋਣੀ ਹੈ ਫਿਰ ਨਾ ਹਾਲੇ ਠੀਕ ਆ ਸਮਝ ਲਵਾਂ ਹਾਂਜੀ ਅੱਛਾ ਫਿਰ ਜਿਹੜੇ ਤੁਹਾਨੂੰ ਇੱਥੇ ਹਿੰਦੂ ਦੀ ਜ਼ਮੀਨ ਮਿਲੀ ਤੁਹਾਨੂੰ ਜੀ ਇਹਦਾ ਕੋਈ ਨਾਮ ਪਤਾ ਯਾਦ ਆ ਵੀ ਕਿਹੜਾ ਹਿੰਦੂ ਸੀਗਾ ਜਿਹੜਾ ਇੱਥੋਂ ਬੜਾ ਜ਼ਿੰਮੇਦਾਰ ਸੀਗਾ ਜਿਹਦੀ ਜ਼ਮੀਨ ਤੁਹਾਨੂੰ ਮਿਲੀ ਹੋਵੇ ਕੋਈ ਪਤਾ ਨਹੀਂ ਜੀ ਇੱਥੇ ਕੋਈ ਉਹਨਾਂ ਦੇ ਘਰ ਘੁਰ ਸੀਗੇ ਉਸ ਲਈ ਪੁਰਾਣੇ ਇੱਥੇ ਹਾਂ ਹੈਗੇ ਸੀ ਜੀ ਹਿੰਦੂਆਂ ਦੇ ਪੱਕੇ ਸੀ ਜਾਂ ਕੱਚੇ ਸੀਗੇ ਦੋ ਤਿੰਨ ਕੁ ਪੱਕੇ ਸੀ ਬਾਕੀ ਕੱਚੇ ਸੀ ਡਬਲ ਸਟੋਰੀ ਸੀਗੇ ਜਾਂ ਉੱਦਾਂ ਹੀ ਨਹੀਂ ਨਹੀਂ ਸਿੰਗਲ ਸਿੰਗਲ ਸਟੋਰੀ ਸੀਗੇ ਇੱਥੇ ਖੂਹ ਵੀ ਸੀਗਾ ਖੂਹ ਦੋ ਸੀ ਜੀ ਇੱਕ ਆਬਾਦ ਸੀ
एक हैदराबाद है। तो जेडे इधर खूह सीगे ओदियां टिंडां पक्कियां सीगियां या कच्चियां सीगियां? टिंडा टुंडा है नहीं सी जी ओदां ही। अच्छा हाँ जी। नहीं तुसीं कहिंदे एक खूह आबाद सीगा? हाँ जी उतो असी ना फिर बाल्टियां नाल भरदे रहणे। अच्छा अच्छा अच्छा। खूह एक चलदा भी हुंदा सी ओदियां टिंडां भी हुंदियां सी बाद च खराब हो गया जी असीं फिर बाल्टियां नाल भरदे रहणे। ठीक हो गया। अच्छा तुसीं फिर जद तक इस पिंड पहुंचे हैं तुहाडे खानदान का कोई जानी नुकसान नहीं होया? नहीं होया जी। खैर खरी ना सारे अपड़ गए? हाँ जी। तो जेडे तुहाडे नानके सीगे? हाँ जी वह भी। तुहाडा कितने आपस विच मतलब कट्ठे ही असीं आए ना फिर जी। अच्छा उत्थों ही कट्ठे आए? हाँ जी। ठीक है ठीक है। अच्छा फिर उन्होंने भी इत्थे जमीन अलाट हुई? हाँ जी। इत्थे आके फिर तुहानू दोबारा स्कूले पढ़ने का मौका मिलिया? हाँ जी फिर मैं बाद जो होया सी दाखल जी अपने इत्थे संधीले वाले उसरी विच उदो स्कूल अपना इडल हुंदा सी। अच्छा हुण तां हाई ते भी बारहवीं तक होया जी कॉलेज बने। अच्छा किन्नवीं तक पढ़े तुसी? मैट्रिक कीती है जी 1958 च। 1958 मैट्रिक कीती। फिर तो नौकरी लभ गई होनी? मैं जी रेलवे बीच बीच वर्कशॉप च। अच्छा मुगलपुर उत्थे मैं 2-4 साल लाए थे फिर अजे बुरी नूं मैनूं छड के आना पै गया। वाले साहब खेती बाड़ी हुंदे सी करदे ओह बीमार हो गए। अच्छा। सादा बंदे सी कहिंदे दफा घर आ जा के घर नूं काम अपना साहब। फिर घर आ के दो भाई हुंदे सी दो भैणां बस फिर खेती बाड़ी करदे रहे ब्याह शादियां दे चक्कर विच। अच्छा कुदरती ब्याह दा जिक्र हो गया ਤੁਹਾਡਾ ਵਿਆਹ ਕਿੰਨੀ ਉਮਰ 'ਚ ਹੋਇਆ ਸੀ? ਮੈਨੂੰ ਯਾਰ ਸਨ ਦਾ ਯਾਦ ਕੋਈ ਨਹੀਂ ਹੁਣ ਜਵਾਨੇ ਹੋਊਂਗਾ ਮੈਂ। ਹਾਂਜੀ। ਅਤੇ ਵਿਆਹ ਕਿਹਨਾਂ ਦੇ ਹੋਇਆ ਸੀ? ਹਾਂਜੀ ਵਿਆਹ ਕਿਹਨਾਂ ਦੇ ਹੋਇਆ ਸੀ ਬਰਾਦਰੀ ਵਿੱਚ ਰਿਸ਼ਤੇਦਾਰਾਂ ਵਿੱਚ? ਬਰਾਦਰੀ ਉਹਦਾ ਰਿਸ਼ਤੇਦਾਰ ਨਹੀਂ ਸੀਗੇ ਜਿਵੇਂ ਮਾਸੀ ਹੁੰਦੀ ਹੈ ਮਾਮਿਆਂ ਦੇ? ਨਹੀਂ ਨਹੀਂ। ਅੱਛਾ ਉਹਦਾ ਬਰਾਦਰੀ 'ਚ ਵਿਆਹ ਹੋਇਆ? ਹਾਂਜੀ। ਅਤੇ ਜਿਹੜੇ ਤੁਹਾਡੇ ਸਹੁਰੇ ਸੀਗੇ ਉਹ ਕਿਹੜੇ ਪਿੰਡ ਰਹਿੰਦੇ ਸੀਗੇ? ਚੱਕਰ ਨੰਬਰ 48-12L। ਅੱਛਾ ਇੱਧਰ ਠੀਕ ਠੀਕ। ਫਿਰ ਇੱਥੇ ਤੁਹਾਡੀ ਬਰਾਤ ਜਿਹੜੀ ਆ ਜੀ ਉਹ ਕਾਹਦੇ 'ਤੇ ਗਈ ਸੀ? ਬਰਾਤ ਵਾਲਾ ਪੁੱਛੋ ਜੀ ਕਿਉਂ? ਉਹ ਆਹੋ ਅੱਜ ਤੋਂ ਅਸੀਂ ਚੀਚੇ ਬਤਨੀ ਗਏ ਉੱਥੋਂ ਆ ਗਏ ਹਾਂ ਅਤੇ ਚੀਚੇ ਬਤਨੀ ਉਹਨੂੰ 48 ਜੱਗ ਦਾ ਫੈਸਲਾ ਹੈ ਕੋਈ 12 ਮੀਟਰ 14 ਮੀਟਰ ਤਾਂ ਗਿਆ ਅਤੇ ਗਏ ਜੀ। ਮੀਟਰ ਕਿ ਮੀਲ? ਮੀਲ ਸਮਝ ਲਓ ਜੀ। ਅੱਛਾ ਕਿਲੋਮੀਟਰ ਕਹਿਣਾ ਚਾਹੁੰਦੇ ਹੋ? ਅੱਛਾ ਅੱਛਾ। ਬਸ ਉਦੋਂ ਨਾ ਰਾਤ ਹੁੰਦੀ ਸੀ ਰੱਖਦੇ। ਹਾਂਜੀ ਰਾਤ ਰਹਿ ਕੇ ਫਿਰ ਦੂਸਰੇ ਜਾਣਾ ਫਾਰਗ ਹੋਏ। ਅੱਛਾ ਤੁਹਾਡੀ ਫਿਰ ਬਾਤ ਤਾਂਗਿਆਂ 'ਤੇ ਗਈ? ਹਾਂਜੀ। ਅਤੇ ਤਾਂਗਿਆਂ ਨੂੰ ਫਿਰ ਸਜਾਇਆ ਸੁਜੋਇਆ ਸੀਗਾ? ਕੋਈ ਨਹੀਂ ਸਾਦਾ ਸਾਦਾ ਬੰਦੇ ਸੀ ਯਾਰ। ਤੁਹਾਨੂੰ ਨਹੀਂ ਕੋਈ ਸਿਹਰੇ ਸੂਰੇ ਲਾਏ ਸੀਗੇ? ਹਾਂ ਤੁਸੀਂ ਨੀ ਕੋਈ ਸਿਹਰੇ ਸੂਰੇ ਲਾਏ? ਕੋਈ ਨੀ ਸਿਹਰੇ ਸੂਰੇ ਨਾ ਯਾਰ ਉਹ ਹੋਣੇ ਆ ਲਾਜੋ ਹੋਣੇ ਮੇਰੇ ਯਾਦ ਨਹੀਂ ਯਾਰ। ਲੈ ਵਿਆਹ ਤੁਹਾਡਾ ਸੀਗਾ ਤੁਹਾਨੂੰ ਇਹ ਵੀ ਨਹੀਂ ਯਾਦ? ਅੱਛਾ ਫਿਰ ਉਹਨੂੰ ਪਕਾਇਆ ਕੀ ਸੀਗਾ? ਦਸ ਦਾ ਚੌਲ ਚੂਲ ਜਿਹੜੇ ਆ ਅਮੂਮਨ ਹੁੰਦੇ ਆ ਜੀ ਬਸ ਹੋਰ ਉਸ ਹੋਰ ਤੇ ਰੋਟੀ ਜੀ। ਅੱਛਾ ਦਰਦਾ ਅੱਜ ਕੱਲ੍ਹ ਤਾਂ ਫੈਸ਼ਨਾਂ ਦਾ ਨਹੀਂ ਪਤਾ ਲੱਗਦਾ ਕਿੰਨੇ ਕਿੰਨੇ ਆਈਟਮਾਂ ਹੁੰਦੀਆਂ। ਫਿਰ ਤੁਹਾਡੀ ਬਰਾਤ ਉਹਨਾਂ ਨੇ ਡੱਕੀ ਸੀਗੀ ਪਿੰਡ ਵਾਲਿਆਂ ਨੇ? ਉਹ ਡੱਕਦੀਆਂ ਹੁੰਦੀਆਂ ਸਾਨੂੰ ਜੇ ਲਾਗ ਦੇ ਕੇ ਜਾਓ ਅਤੇ ਜੇ ਉਦੋਂ ਕੁੜੀਆਂ ਪੇਸ਼ ਪਈਆਂ ਜੀ ਲਾਗ ਸਾਡੇ ਦੋ ਜੀ ਫਿਰ ਦਿੱਤੇ ਹੋਣੇ? ਨਾ ਜੀ। ਕਿੰਨੇ 'ਚ ਜਾਨ ਛੁੱਟ ਗਈ ਸੀਗੀ? ਕੋਈ ਪਤਾ ਨਹੀਂ ਯਾਰ ਉਦੋਂ ਤਾਂ। ਅੱਛਾ 7 ਰੁਪਈਏ ਮਾਣ ਕਣਕ ਇੱਥੇ ਆ ਕੇ ਮੈਂ ਵੇਚੀ ਆ ਜੀ। ਕਿੰਨੇ ਰੁਪਈਏ? 7 ਰੁਪਈਏ। 7 ਰੁਪਈਏ ਸਾਦਾ ਦੌਰ ਸੀ। ਅਤੇ ਉਸਲੇ ਰੁਪਈਆ ਕਿਹੜੇ ਕਿਹੜੇ ਬੰਦੇ ਕੋਲ ਹੁੰਦਾ ਸੀਗਾ? ਕਹਿੰਦੇ 100 ਰੁਪਏ ਦਾ ਨੋਟ ਕਿਸੇ ਘੱਟ ਲੋਕਾਂ ਨੇ ਦੇਖਿਆ ਹੁੰਦਾ ਸੀਗਾ? ਤੇ ਹਾਂ 100 ਰੁਪਈਆ ਲੱਭਦਾ ਨਹੀਂ ਸੀ ਹੁਣ ਅਗਲੇ ਲੱਖਾਂ ਰੁਪਈਏ ਜੇਬ 'ਚ ਪਾ ਕੇ ਫਿਰਦੇ ਹੁੰਦੇ।
ਇਹ ਵੀ ਤਾਂ ਸੋਚੋ ਨਾ ਟਾਈਮ ਟਾਈਮ ਦੀਆਂ ਗੱਲਾਂ ਜੀ। ਅੱਛਾ ਉਸ ਜ਼ਮਾਨੇ ਤੁਹਾਡੇ ਜ਼ਮਾਨੇ ਜਿਹੜਾ ਰੁਪਈਆ ਹੁੰਦਾ ਸੀਗਾ ਜੀ ਅਸੀਂ ਸੁਣਿਆ ਚਾਂਦੀ ਦਾ ਬਣਿਆ ਹੁੰਦਾ ਸੀਗਾ। ਹਾਂਜੀ ਚਾਂਦੀ ਦਾ ਤੋਲੇ ਚਾਂਦੀ ਦਾ ਹਾਂ ਤੋਲਾ ਪੂਰੀ ਚਾਂਦੀ ਹੁੰਦੀ ਸੀਗੀ ਸੁਣਦੇ ਦੇਦੇ ਸੀ ਜੀ। ਅੱਛਾ ਰੁਪਈਆ ਯਾਦ ਪੈਂਦਾ ਵੀ ਉਹਦੇ ਤੇ ਕੀ ਬਣਿਆ ਹੁੰਦਾ ਸੀ ਬਾਦਸ਼ਾਹ ਯਾਨੀ ਕਿ ਉਦੋਂ ਆਨੇ ਹੁੰਦੇ ਸੀ ਆ ਪੈਸੇ ਪੈਸੇ ਪੂਸੇ ਨਹੀਂ ਹੁੰਦੇ ਸੀ। ਹਾਂ ਹਾਂ ਹਾਂਜੀ ਉਹ ਤਾਂ ਆਨੇ ਇੱਕ ਰੁਪਈਏ 'ਚ ਕਿੰਨੇ ਆਨੇ ਹੁੰਦੇ ਸੀਗੇ ਐਸੇ ਹੀ ਹੁੰਦੇ ਸੀ ਹਾਂ ਇੱਕ ਰੁਪਈਏ ਦੇ ਵਿੱਚ ਕਿੰਨੇ ਆਨੇ ਹੁੰਦੇ ਸੀ 16 ਆਨੇ ਤੇ 16 ਆਨੇ 'ਚ ਟਕੇ ਕਿੰਨੇ ਹੁੰਦੇ ਸੀਗੇ ਆਨੇ ਵਿੱਚ ਟਕੇ ਉਹ ਕਹਿੰਦਾ ਤਾਂ ਪਤਾ ਕੋਈ ਨਹੀਂ ਯਾਰ ਆਨੇ ਦਾ ਪਤਾ ਉਸਨੇ ਤਾਂ ਦਮੜੀਆਂ ਹੁੰਦੀਆਂ ਸੀਗੀਆਂ ਦਮੜੀਆਂ ਕਸੀਰਾ ਓਹੋ ਅੱਛਾ ਤੇ ਜਿਹੜਾ ਤੁਹਾਡੇ ਕੋਲ ਤੁਸੀਂ ਰੁਪਈਆ ਇਸਤੇਮਾਲ ਕਰਿਆ ਚਾਂਦੀ ਦਾ ਹਾਂਜੀ ਉਹਦੇ 'ਤੇ ਗੁੱਤ ਵਾਲਾ ਬਣਿਆ ਹੁੰਦਾ ਸੀ ਸ਼ਕਲ ਜਾਂ ਤਾਜ ਵਾਲਾ ਹੁੰਦਾ ਸੀ ਬਾਦਸ਼ਾਹ ਕੋਈ ਯਾਦਦਾਸ਼ਤ ਨਹੀਂ ਯਾਰ ਯਾਦਦਾਸ਼ਤ ਨਹੀਂ ਅੱਛਾ ਤੁਹਾਡੇ ਪਿੰਡ ਉੱਥੇ ਮੁੱਤੋਂ ਦੇ ਵਿੱਚ ਜੀ ਜੀ ਉਸ ਜ਼ਮਾਨੇ ਛਿੰਝਾਂ ਪੈਂਦੀਆਂ ਸੀਗੀਆਂ ਹਾਂ ਬਿਲਕੁਲ ਪੈਂਦੀਆਂ ਸੀ ਅੱਛਾ ਜੀ ਤੁਹਾਡੇ ਜ਼ਮਾਨੇ ਉੱਥੋਂ ਜਿਹੜੇ ਉਸ ਮੁੱਤੋਂ ਦਾ ਕੋਈ ਮਸ਼ਹੂਰ ਉਸ ਵਕਤ ਦਾ ਕੋਈ ਭਲਵਾਨ ਹੋਵੇ ਜਿਹੜਾ ਨਹੀਂ ਕੋਈ ਯਾਦਦਾਸ਼ਤ ਨਹੀਂ ਮੈਂ ਤਾਂ ਉਦੋਂ ਆਪ ਬੱਚਿਆਂ ਵਿੱਚ ਸ਼ਾਮਿਲ ਸੀ ਠੀਕ ਆ ਅੱਛਾ ਮੇਲੇ ਠੇਲੇ ਵੀ ਲੱਗਦੇ ਸੀਗੇ ਹਾਂਜੀ ਮੇਲੇ ਠੇਲੇ ਲੱਗਦੇ ਸੀ ਮੇਲੇ ਠੇਲਿਆਂ ਦੇ ਖਾੜੇ ਵੀ ਲੱਗਦੇ ਸੀਗੇ ਹਾਂ ਲੱਗਦੇ ਸੀ ਜੀ ਉਸ ਵਕਤ ਉਸ ਖਾੜੇ ਤੇ ਕੌਣ ਆਉਂਦੇ ਸੀਗੇ ਨੱਚਣ ਗਾਉਣੇ ਵਾਲੇ ਮੈਂ ਤਾਂ ਉਦੋਂ ਦੇਖਿਆ ਨੀ 10-11 ਸਾਲਾਂ ਦਾ ਸੀ ਨਾ ਤੁਹਾਡਾ ਅੱਬਾ ਤੁਹਾਨੂੰ ਨਾਲ ਲੈ ਕੇ ਨਹੀਂ ਸੀ ਜਾਂਦਾ ਮੇਲਿਆਂ ਤੇ ਵਿੱਚ ਰਾਤ ਨੂੰ ਮੇਲਾ ਨਹੀਂ ਐਡੀ ਦੂਰ ਨਹੀਂ ਸੀ ਜਾਂਦਾ ਹੁੰਦਾ ਜੇ ਕੋਈ ਲਾਗ ਪਾਸ ਹੋਵੇ ਨਾ ਉੱਥੇ ਹੀ ਅੱਛਾ ਹਾਂਜੀ ਤੁਹਾਨੂੰ ਖਰਚਣ ਲਈ ਫਿਰ ਜੇਬ ਕਿੰਨਾ ਕੁ ਪੈਸਾ ਲੱਭਦਾ ਸੀਗਾ ਉਹ ਉਦੋਂ ਕਿੱਥੇ ਹੁੰਦੇ ਸੀ ਖਰਚੇ ਖੁਰਚੇ ਜੀ ਸਾਦਾ ਬੰਦੇ ਹੁੰਦੇ ਸੀ ਅੱਛਾ ਤੇ ਤੁਹਾਡੀ ਅੰਮੀ ਨੇ ਤੁਹਾਨੂੰ ਨਾਸ਼ਤੇ ਵਿੱਚ ਕੀ ਪਕਾ ਕੇ ਖਲਾਉਂਦੀ ਸੀਗੀ ਇਹੀ ਆ ਰੋਟੀ ਰੂਟੀ ਹੁੰਦੀ ਸੀ ਹੋਰ ਅਸੀਂ ਤਾਂ ਸੁਣਿਆ ਦੇਸੀ ਘੇ ਤੇ ਮੱਖਣ ਲੱਭਦੇ ਸੀਗੇ ਹਾਂਜੀ ਹਾਂਜੀ ਤੇ ਚਾਹ ਤਾਂ ਕੋਈ ਪੀਂਦਾ ਕੋਈ ਨਹੀਂ ਸੀਗਾ ਨਹੀਂ ਦੁੱਧ ਹੁੰਦੇ ਸੀ ਜੀ ਅੱਛਾ ਚਾਹ ਸੁਣਿਆ ਕੋਈ ਦਵਾਈ ਸਮਝ ਕੇ ਪੀਂਦੇ ਸੀਗੇ ਹਾਂਜੀ ਚਾਹ ਨੂੰ ਦਵਾਈ ਸਮਝ ਕੇ ਪੀਂਦੇ ਸੀ ਨਹੀਂ ਚਾਹ ਉੱਧਰ ਹੈ ਨਹੀਂ ਜੀ ਸੰਤ ਹੋਸ਼ ਕੋਈ ਨਹੀਂ ਆ ਅੱਛਾ ਚਾਹ ਦਾ ਪਤਾ ਹੀ ਕੋਈ ਨਹੀਂ ਸੀ ਚਾਹ ਵੀ ਹੁੰਦੀ ਆ ਕੋਈ ਅੱਛਾ ਹੁਣ ਤੁਹਾਡਾ ਵਿਆਹ ਹੋ ਗਿਆ ਅਗਲੇ ਦਿਨ ਤੁਹਾਨੂੰ ਬਰਾਤ ਲੈ ਕੇ ਵਾਪਸ ਆ ਗਏ ਤੁਹਾਡਾ ਆਪਸ ਮੀਆਂ ਬੀਵੀ ਦਾ ਕਦੀ ਆਪਸ ਵਿੱਚ ਲੜਾਈ ਝਗੜਾ ਵੀ ਹੋਇਆ ਭਰੋਸਾ ਮਨੇਵਾ ਜਿਹਨੂੰ ਕਹਿੰਦੇ ਆ ਨਹੀਂ ਕੋਈ ਖਾਸ ਨਹੀਂ ਅੱਛਾ ਖਾਸ ਨਹੀਂ ਕੋਈ ਇੰਨਾ ਖਾਸ ਹੋਇਆ ਹੋਇਆ ਕਿ ਜਨਾਨੀ ਰੁੱਸ ਕੇ ਪੇਕਿਆਂ 'ਤੇ ਚਲੀ ਗਈ ਹੋਏ ਨਹੀਂ ਕੋਈ ਨਹੀਂ ਅੱਛਾ ਰੱਬ ਨੇ ਤੁਹਾਨੂੰ ਕਿੰਨੇ ਧੀ ਪੁੱਤ ਦਿੱਤੇ ਦੋ ਬੇਟੇ ਤਿੰਨ ਬੇਟੀਆਂ ਇੱਕ ਬੇਟੀ ਖੋਤ ਹੋ ਗਈ ਹੈ ਓਹ ਅੱਛਾ ਬੱਚਿਆਂ ਨੂੰ ਤੁਸੀਂ ਸਕੂਲੇ ਪੜ੍ਹਾਇਆ ਹਾਂਜੀ ਬੱਚਿਆਂ ਨੂੰ ਵੀ ਪੜ੍ਹਾਇਆ ਬੱਚਿਆਂ ਨੇ ਵੀ ਅੱਠਵੀਂ ਤੱਕ ਕੁਛ ਹਟ ਗਈਆਂ ਸੀ ਵਿੱਚੋਂ ਅੱਛਾ ਹਾਂਜੀ ਦੋ ਬੱਚਿਆਂ ਨੂੰ ਐਟ੍ਰਿਕ ਤੱਕ ਇਹ ਵੀ ਇੱਕ ਦੋ ਪੇਪਰਾਂ 'ਚੋਂ ਰਹਿ ਗਿਆ ਸੀ ਅੱਛਾ ਇਹ ਵੀ ਹਟ ਉੱਠ ਗਏ ਫਿਰ ਇਹ ਵੀ ਤੁਹਾਡੇ ਨਾਲ ਫਿਰ ਖੇਤੀਬਾੜੀ ਕਰਦੇ ਨਹੀਂ ਹਾਂ ਆਹ ਛੋਟਾ ਬੈਠਾ ਸੀ ਆਹ ਸਾਹਮਣੇ ਇਹ ਫਿਰ ਚਲਾ ਗਿਆ ਲਾਹੌਰ ਅੱਛਾ ਬਸ ਉੱਥੇ ਨੌਕਰੀ ਨੌਕਰੀ ਕਰਦਾ ਰਿਹਾ ਬਲਕਿ ਇਸ ਤੋਂ ਹੱਡਾ ਵੀ ਅੱਛਾ ਅੱਛਾ ਬਸ ਫਿਰ ਸ਼ਾਦੀਆਂ ਹੋ ਗਈਆਂ ਤੇ ਤੁਹਾਡੇ ਘਰ ਦੇ ਜੀਂਦੇ ਆ ਹਾਂਜੀ ਮਾਸ਼ਾ ਅੱਲਾਹ ਹਜ਼ਾਰ ਦਾ ਮਾਸ਼ਾ ਅੱਲਾਹ ਅੱਛਾ ਅੱਛਾ ਉਹ ਤੁਹਾਤੋਂ ਕਿੰਨੇ ਛੋਟੇ ਆ ਆਹ ਮੇਰੇ ਕੋਲ 2-4 ਸਾਲ ਦਾ ਹੋਊਗਾ ਫਰਕ ਹੋਰ ਕੀ ਉਹ ਪਿੱਛੋਂ ਚੱਕਦੇ ਆ ਚੱਕ ਨੰਬਰ 48-12 ਐਲ 48-12 ਐਲ ਉੱਥੇ ਬਛਿੰਦੇ ਉੱਥੋਂ ਦੇ ਆਈ ਉਹ ਵੀ ਪਿੱਛੋਂ ਹਿੰਦੁਸਤਾਨ ਤੋਂ ਆਏ ਹੋਏ ਉਹ ਪਹਿਲਾਂ ਦੇ ਸੀ ਆਇਓ ਅੱਛਾ ਬਛਿੰਦੇ ਇੱਥੋਂ ਦੇ ਚਲੋ ਠੀਕ ਅੱਛਾ ਹੁਣ ਅੱਜ ਤੁਹਾਨੂੰ ਮੁੱਤੋਂ ਜਾਣਾ ਪਵੇ ਦੇਖਣ ਲਈ ਆਪਣਾ ਪਿੰਡ ਹੁਣ ਤਾਂ ਨਕਸ਼ਾ ਹੀ ਹੋਰ ਹੋਣਾ ਜੀ ਬਣੇ ਉੱਥੇ ਮੈਂ ਤੁਹਾਨੂੰ ਅੱਗੇ ਨਹੀਂ ਦੱਸ ਕੇ ਰਿਹਾ ਵੀ ਜਿਹੜੇ ਜਾਂਦੇ ਹੁੰਦੇ ਸੀ ਉੱਥੇ ਤਾਂ ਕੋਠੀਆਂ ਬਣੀਆਂ ਪਈਆਂ ਹੋਲੀਆਂ ਹੀ ਹੋਰ ਹੋ ਗਿਆ ਹੋਣਾ ਪਰ ਗਲੀਆਂ ਤਾਂ ਉਹੀ ਹੋਣੀਆਂ ਨਾ ਨਹੀਂ ਗਲੀਆਂ ਵੀ ਪੱਕੀਆਂ ਬਣ ਗਈਆਂ ਹੋਣੀਆਂ ਹਾਂਜੀ ਅੱਛਾ ਹਾਂਜੀ ਅਤੇ ਜਿਹੜਾ ਤੁਹਾਡਾ ਬੇਲੀ ਸੀਗਾ ਹਿੰਦੂਆਂ ਦਾ ਮੁੰਡਾ ਹਾਂਜੀ ਵਿੱਚ ਹਿੰਦੂ ਹਾਂਜੀ ਉਹਨੂੰ ਮਿਲਣ ਦਾ ਦਿਲ ਕਰਦਾ ਉਹ ਸਾਡੇ ਨਾਲ ਦੇ ਹੋ ਪਤਾ ਨਹੀਂ ਹੈ ਕਿ ਨਹੀਂ ਜੀ ਕੀ ਪਤਾ ਮਾਸ਼ਾਅੱਲਾ ਤੁਸੀਂ ਬੈਠੇ ਕੀ ਪਤਾ ਜੀਂਦੇ ਨਹੀਂ ਨਹੀਂ ਹੁਣ ਉਹ ਪਹਿਚਾਣਨਾ ਤਾਂ ਕੋਈ ਨਹੀਂ ਉਹਨਾਂ ਨੇ ਸਾਨੂੰ
ਨਾ ਅਸੀਂ ਜਾਣੇ ਚੋ ਗਈ ਨਹੀਂ ਤੁਸੀਂ ਨੇ ਪਛਾਣੋਗੇ ਨਹੀਂ ਕੋਈ ਨਹੀਂ ਪਤਾ ਲੱਗਣਾ ਜੀ ਨਹੀਂ ਅਗਰ ਉਹ ਅਗਰ ਕਵੇਗਾ ਵੀ ਮੈਂ ਫਲਾਣਾ ਬੋਲ ਰਿਹਾ ਨਹੀਂ 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 ਮੁਸ਼ਕਲ ਜੀ ਗੱਲ ਹੈ ਜੀ ਅੱਛਾ ਚਲੋ ਹੁਣ ਇੱਦਾਂ ਕਰੋ ਤੁਸੀਂ ਉਸ ਆਪਣੇ ਬੇਲੀ ਨੂੰ ਜਿਹੜਾ ਕੋਈ ਆਪਣੀ ਤਰਫੋਂ ਸਲਾਮ ਦੁਆ ਪੈਗਾਮ ਭੇਜਣਾ ਵਾ ਜੀ ਤੁਸੀਂ ਇਹਦੇ ਰਾਹੀਂ ਭੇਜ ਸਕਦੇ ਆ ਇਹ ਉਹਨਾਂ ਦੇ ਪਿੰਡ ਚਲਾ ਜਾਊਗਾ ਮੁੱਤੋਂ ਦੇ ਵਿੱਚ ਤੁਸੀਂ ਆਪਣਾ ਕਹਿ ਸਕਦੇ ਅੱਲਾ ਤਾਲਾ ਜੀ ਸਾਡੇ ਪਿੰਡ ਨੂੰ ਆਵਾਜ਼ ਰੱਖੇ ਤੇ ਉਹ ਜਿਹੜਾ ਬੇਲੀ ਉੱਥੇ ਰਹਿੰਦਾ ਵਾ ਹਾਂਜੀ ਜਿਹੜਾ ਤੁਹਾਡਾ ਬੇਲੀ ਉੱਥੇ ਵੱਸਦਾ ਵਾ ਜਿਹੜੇ ਕੋਈ ਬੇਲੀ ਯਾਦ ਹੈਗੇ ਆ ਅੱਲਾ ਉਹਨਾਂ ਨੂੰ ਅੰਦਰ ਉਸੇ ਜਾਂਦੇ ਤੇ ਤੁਸੀਂ ਉਸਲੇ ਉਸ ਬੇਲੀ ਸਿੱਖਾਂ ਦੇ ਘਰ ਜਾਂ ਹਿੰਦੂਆਂ ਦੇ ਘਰ ਚਲੇ ਜਾਂਦੇ ਹੁੰਦੇ ਸੀਗੇ ਉਹ ਨਹੀਂ ਜੀ ਉਹ ਨਾ ਜਦੋਂ ਅਸੀਂ ਗਲੀ ਵਿੱਚੋਂ ਲੰਘਦੇ ਹੁੰਦੇ ਸੀ ਨਾ ਉਹ ਐਂ ਪਾਸੇ ਨੂੰ ਹੋ ਕੇ ਲੰਘ ਜਾਂਦੇ ਵੀ ਕਦੇ ਹੱਥ ਨਾ ਲੱਗ ਜਾਵੇ ਅੱਛਾ ਹਾਂ ਯਾਨੀ ਕਿ ਉਹ ਸਮਝਦੇ ਵੀ ਕਿਤੇ ਤੁਸੀਂ ਭੇਟਣਾ ਜਾਣ ਹਾਂ ਭੇਟਣਾ ਹੋ ਜਾਵੇ ਹਾਂ ਸਹੀ ਗੱਲ ਹਾਂ ਫਿਰ ਤਾਂ ਤੁਸੀਂ ਇੱਕ ਦੂਸਰੇ ਦਾ ਖਾਣਾ ਵੀ ਨਹੀਂ ਖਾਂਦੇ ਹੋਣੇ ਨਹੀਂ 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 ਕੋਈ ਨਹੀਂ ਕੋਈ ਨਹੀਂ ਤੇ ਜਿਹੜੇ ਤੁਹਾਡੇ ਬੜਾਰੂ ਸੀਗੇ ਬਜ਼ੁਰਗ ਹਾਂਜੀ ਜਿਹੜੇ ਤੁਹਾਡੇ ਬਜ਼ੁਰਗ ਸੀਗੇ ਹਾਂਜੀ ਉਹ ਤਾਂ ਇੱਕ ਦੂਸਰੇ ਦੇ ਗਮੀ ਖੁਸ਼ੀ 'ਚ ਸ਼ਾਮਿਲ ਹੁੰਦੇ ਹੋਣਗੇ ਕਿ ਉਹ ਵੀ ਕੋਈ ਨਾ ਪਤਾ ਨਹੀਂ ਜੀ ਇਹ ਹਿੰਦੂਆਂ ਦੇ ਹਾਂ ਨਹੀਂ ਕੋਈ ਨਹੀਂ ਅੱਛਾ ਚਲੋ ਜੀ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਪਸ਼ਪ ਲਾ ਕੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਰੱਬ ਤੁਹਾਡੀ ਜ਼ਿੰਦਗੀ ਰੱਖੇ ਅੱਛਾ ਅਸਲਾਮ ਅੱਲਾਹ ਹਾਫਿਜ਼